ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਵੀਡੀਓਜ਼ ਅਲਰਟ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸੁਆਗਤ ਹੈ। ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ। ਤਾਂ ਅੱਜ ਪਿੰਡ ਤਲਵੰਡੀ ਚੌਧਰੀਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਲਵੰਡੀ ਚੌਧਰੀਆਂ ਅਤੇ ਸੁਰਖਪੁਰ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਤਲਵੰਡੀ ਚੌਧਰੀਆਂ ਦੀ ਟੀਮ, ਜਿਸ ਨੇ 38.5 ਅੰਕ ਹਾਸਲ ਕੀਤੇ ਅਤੇ 1,00,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਸੁਰਖਪੁਰ ਦੀ ਟੀਮ, ਜਿਸ ਨੇ 24 ਅੰਕ ਹਾਸਲ ਕੀਤੇ ਅਤੇ 80,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਗੱਗੀ ਖੀਰਾਂ ਵਾਲੀ ਅਤੇ ਬੈਸਟ ਸਟੋਪਰ ਬਣਿਆ ਬਿੰਦਾ ਟਿੱਬਾ। ਬੈਸਟ ਰੇਡਰ ਅਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ। ਅਤੇ ਤਲਵੰਡੀ ਚੌਧਰੀਆਂ ਦੀ ਟੀਮ ਵਿੱਚ ਗੱਗੀ ਖੀਰਾਂ ਵਾਲੀ, ਭੂਰਾ ਬੱਗਾ ਪਿੰਡ, ਜੱਗੂ ਸੈਦੋਵਾਲ, ਸੋਨੂ ਗੁੱਜਰ ਟਿੱਬਾ, ਕਮਲ ਲੈਂਬਰ, ਇੰਦਰ ਮਨਜੀਤਪੁਰਾ, ਤਾਰੀ ਖੀਰਾਂ ਵਾਲੀ, ਫਰਿਆਦ ਅਲੀ ਸ਼ਾਕਰਪੁਰ, ਅਮਨ ਸੁਨਿਆਰਾ, ਜੀਤਾ ਤਲਵੰਡੀ ਚੌਧਰੀਆਂ ਅਤੇ ਬਿੰਦਾ ਟਿੱਬਾ ਅਤੇ ਪਿੰਦੂ ਹਿੱਡੇ। ਅਤੇ ਦੂਜੇ ਪਾਸੇ ਸੁਰਖਪੁਰ ਦੀ ਟੀਮ ਵਿੱਚ ਜਾਦਾ ਸੁਰਖਪੁਰ, ਜੋਧਾ ਸੁਰਖਪੁਰ, ਸ਼ੁਰਲੀ ਖੀਰਾਂ ਵਾਲੀ, ਜੋਤਾ ਮਹਿਮਦਬਾਲ, ਤਾਬਾ ਸੁਰ ਸਿੰਘ, ਹੈਪੀ, ਬਲੇਰ ਖਾਨਪੁਰ, ਘੁੱਗੀ ਬਲਪੂਰੀਅਨ ਅਤੇ ਗੁਰਪਾਲ ਖੇਡੇ। ਅਤੇ ਅਗਲੇ ਕਬੱਡੀ ਕੱਪ ਕਰਿਆਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੜਿਆਲ ਅਤੇ ਗਾਗੜਾ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਕੜਿਆਲ ਦੀ ਟੀਮ, ਜਿਸ ਨੂੰ 51,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ ਗਾਗੜਾ ਦੀ ਟੀਮ, ਜਿਸ ਨੂੰ 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪਿਸਟਲ ਭਿੰਡਰ, ਜਿਸ ਨੇ 6 ਰੇਡਾਂ ਪਾ ਕੇ 6 ਅੰਕ ਹਾਸਲ ਕੀਤੇ। ਅਤੇ ਬੈਸਟ ਸਟੋਪਰ ਬਣਿਆ ਰਵੀ ਸਾਹੋਕੇ, ਜਿਸ ਨੇ 7 ਟੱਚ ਲੈ ਕੇ 4 ਜਫੇ ਲਾਏ। ਬੈਸਟ ਰੇਡਰ ਦੇ ਸਟੋਪਰ ਨੂੰ ਕੂਲਰ ਦੇ ਕੇ ਸਨਮਾਨ ਕੀਤਾ ਗਿਆ। ਅਤੇ ਗਾਗੜਾ ਦੀ ਟੀਮ ਵਿੱਚ ਰਾਮਣਾ ਭਿੰਡਰ, ਜੱਗਾ ਪਰਨਾਲਾ, ਸੁੱਖਾ ਭਿੰਡਰ, ਗੋਲੂ, ਬਿੱਲਾ ਅਤੇ ਮੰਗੀ ਖੇਡੇ। ਅਤੇ ਦੂਜੇ ਪਾਸੇ ਕੜਿਆਲ ਦੀ ਟੀਮ ਵਿੱਚ ਸੰਦੀਪ ਦੋਦਾ, ਪਿਸਟਲ ਭਿੰਡਰ, ਰਵੀ ਸਾਹੋਕੇ, ਬਾਲੀ ਅਤੇ ਹੈਪੀ ਖੇਡੇ। ਅਤੇ ਅਗਲੇ ਕਬੱਡੀ ਕੱਪ ਜਿੰਦਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਦਰਾ ਅਤੇ ਮੰਡੀ ਕਲਾਂ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਬਾਦਰਾ, ਜਿਸ ਨੂੰ 31,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ ਮੰਡੀ ਕਲਾਂ ਦੀ ਟੀਮ, ਜਿਸ ਨੂੰ 21,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਨਿੱਕਾ ਬਾਦਰਾ ਅਤੇ ਬੈਸਟ ਜਾਫੀ ਬਣਿਆ ਨਿੰਮਾ ਫੁੱਲਾ। ਬੈਸਟ ਰੇਡਰ ਦੇ ਸਟੋਪਰ ਨੂੰ LEDs ਨਾਲ ਸਨਮਾਨ ਕੀਤਾ ਗਿਆ। ਅਤੇ ਮੰਡੀ ਕਲਾਂ ਦੀ ਟੀਮ ਵਿੱਚ ਗੱਗੀ ਬਰਨਾਲਾ, ਆਮਣਾ ਭੁੰਦੜ, ਸਲੀਮ ਖਾਨ, ਹਣੀ ਅਤੇ ਤਾਰੀ ਖੇਡੇ। ਅਤੇ ਦੂਜੇ ਪਾਸੇ ਬਦਰਾ ਦੀ ਟੀਮ ਵਿੱਚ ਨਿੰਮਾ, ਲਾਡੀ, ਅਮਰੀਕ ਰੂੜੇਕੇ, ਲਾਲੀ, ਨਿੱਕਾ ਬਾਦਰਾ ਅਤੇ ਸਤਗੁਰ ਖੇਡੇ। ਅਤੇ ਅਗਲੇ ਕਬੱਡੀ ਕੱਪ ਦੁਬਲੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸ਼ਹੀਦ ਲਖਵੀਰ ਕਲੱਬ ਘਰਿਆਲਾ ਦੁਬਲੀ ਅਤੇ ਮਾਝਾ ਕਲੱਬ ਘਰਿਆਲਾ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਸ਼ਹੀਦ ਲਖਵੀਰ ਕਲੱਬ ਘਰਿਆਲਾ ਦੁਬਲੀ ਦੀ ਟੀਮ, ਜਿਸ ਨੇ 26.5 ਅੰਕ ਹਾਸਲ ਕੀਤੇ ਅਤੇ 51,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਮਾਝਾ ਕਲੱਬ ਘਰਿਆਲਾ ਦੀ ਟੀਮ,
ਜਿਸ ਨੇ 22 ਅੰਕ ਹਾਸਲ ਕੀਤੇ ਅਤੇ 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੇਸ਼ਮ ਚੰਬਾ, ਜਿਸ ਨੇ 8 ਰੇਡਾਂ ਪਾ ਕੇ 8 ਅੰਕ ਹਾਸਲ ਕੀਤੇ। ਅਤੇ ਬੈਸਟ ਸਟੋਪਰ ਬਣਿਆ ਬਿੱਟੂਪੁਰ ਹੀੜਾ, ਜਿਸ ਨੇ 3 ਜਫੇ ਲਾਏ। ਬੈਸਟ ਰੇਡਰ ਅਤੇ ਸਟੋਪਰ ਨੂੰ ਗੋਲਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ। ਅਤੇ ਸ਼ਹੀਦ ਲਖਵੀਰ ਕਲੱਬ ਘਰਿਆਲਾ ਦੁਬਲੀ ਦੀ ਟੀਮ ਵਿੱਚ ਭੀਮ ਦੁਬਲੀ, ਮੱਖਣ ਮੱਖੀ, ਰੇਸ਼ਮ ਚੰਬਾ, ਬਿੱਲਾ ਜੌਲ, ਤਾਬਾ, ਅੰਮ੍ਰਿਤ ਔਲਖ, ਬਿੱਟੂ, ਬੀਰਾ ਸਰਹਾਲੀ, ਗਿੰਦਰ ਭੂਰਾ, ਬਾਜੂ, ਬੈਂਕਾਨ ਖੇਡੇ। ਅਤੇ ਦੂਜੇ ਪਾਸੇ ਮਾਝਾ ਕਲੱਬ ਘਰਿਆਲਾ ਦੀ ਟੀਮ ਵਿੱਚ ਚਮਕੌਰ ਦਰਾਜਕੇ, ਜੈਮਲ ਸੰਘਾ, ਅਮਨ ਮਸਤਗੜ, ਜੂਲੀ ਬਲਪੂਰੀਆਂ, ਜੀਵਨ ਰੂੜੀਵਾਲਾ, ਗੁਰਜੰਟ ਦਤਾਰ, ਨਿੱਕਾ ਪਾਲਾ ਜੋਗੇਵਾਲ ਖੇਡੇ। ਅਤੇ ਅਗਲੇ ਕਬੱਡੀ ਕੱਪ ਮੱਲਕੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲੰਡੇ ਅਤੇ ਮਾਣੂਕੇ ਗਿੱਲ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਲੰਡੇ, ਜਿਸ ਨੂੰ 31,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ ਮਾਣੂਕੇ ਗਿੱਲ ਦੀ ਟੀਮ, ਜਿਸ ਨੂੰ 21,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਬਰਿੰਦਰ ਲੰਡੇ, ਅਤੇ ਬੈਸਟ ਸਟੋਪਰ ਬਣਿਆ ਤਾਰ ਲੰਡੇ, ਜਿਸ ਨੇ 3 ਜਫੇ ਲਾਏ। ਬੈਸਟ ਰੇਡਰ ਅਤੇ ਸਟੋਪਰ ਨੂੰ 51,500 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਵੀ ਕੀਤਾ ਗਿਆ। ਅਤੇ ਲੰਡੇ ਦੀ ਟੀਮ ਵਿੱਚ ਤਾਰ, ਕਮਲ, ਜਾਂਟਾ, ਬਰਿੰਦਰ, ਵਿੱਕੀ, ਪ੍ਰਦੀਪ ਅਤੇ ਗੋਰੀ ਖੇਡੇ। ਅਤੇ ਦੂਜੇ ਪਾਸੇ ਮਾਣੂਕੇ ਗਿੱਲ ਦੀ ਟੀਮ ਵਿੱਚ ਰਸਪਾਲ, ਮਨਜਿੰਦਰ, ਸਿਮਰਾ, ਜੱਗਾ ਅਤੇ ਤਾਰੂ ਖੇਡੇ। ਅਤੇ ਅਗਲੇ ਕਬੱਡੀ ਕੱਪ ਉਟਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਧਨੌਲਾ ਅਤੇ ਧਨੌਰੀ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਧਨੌਲਾ ਦੀ ਟੀਮ, ਜਿਸ ਨੇ 24.5 ਅੰਕ ਹਾਸਲ ਕੀਤੇ ਅਤੇ 71,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਧਨੌਰੀ, ਜਿਸ ਨੇ 21 ਅੰਕ ਹਾਸਲ ਕੀਤੇ ਅਤੇ 51,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਵੀ ਦਿਓਰਾ, ਜਿਸ ਨੇ 15 ਰੇਡਾਂ ਪਾ ਕੇ 15 ਅੰਕ ਹਾਸਲ ਕੀਤੇ। ਅਤੇ ਬੈਸਟ ਸਟੋਪਰ ਬਣਿਆ ਇੰਦਰਜੀਤ ਕਲਸੀਆਂ। ਬੈਸਟ ਰੇਡਰ ਅਤੇ ਸਟੋਪਰ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨ ਵੀ ਕੀਤਾ ਗਿਆ। ਅਤੇ ਧਨੌਲਾ ਦੀ ਟੀਮ ਵਿੱਚ ਇੰਦਰਜੀਤ ਕਲਸੀਆਂ, ਰਵੀ ਦਿਓਰਾ, ਮੋਟਾ ਸੌਂਗਲ, ਕਾਲਾ ਧਨੌਲਾ, ਭਿੰਦਾ ਧਨੌਲਾ, ਸਤਨਾਮ ਅਤੇ ਗੁਰਪ੍ਰੀਤ ਖੇਡੇ। ਅਤੇ ਦੂਜੇ ਪਾਸੇ ਧਨੌਰੀ ਦੀ ਟੀਮ ਵਿੱਚ ਰਾਜੂ ਕੋਟਲਾਪੜੀ, ਮਨਜੋਤ ਮਾਛੀਵਾੜਾ, ਗੱਗੀ ਮੱਲਾ, ਮਣੀ, ਸ਼ੇਰੂ ਅਤੇ ਬਿੰਦਰ ਖੇਡੇ। ਅਤੇ ਅਗਲੇ ਕਬੱਡੀ ਕੱਪ ਜੱਜਾ ਖੁਰਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬੜਾ ਪਿੰਡ ਅਤੇ NRI ਮੰਡੀ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਬੜਾ ਪਿੰਡ ਦੀ ਟੀਮ, ਜਿਸ ਨੇ 29 ਅੰਕ ਹਾਸਲ ਕੀਤੇ ਅਤੇ 51,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ NRI ਮੰਡੀ ਦੀ ਟੀਮ, ਜਿਸ ਨੇ 25 ਅੰਕ ਹਾਸਲ ਕੀਤੇ ਅਤੇ 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁੱਖਾ ਮਾਲਾ ਅਤੇ ਟਿੱਡਾ ਜੁਆਇੰਟ, ਅਤੇ ਬੈਸਟ ਸਟੋਪਰ ਬਣਿਆ ਮੇਜਰ ਧਾਲੀਵਾਲ। ਬੈਸਟ ਰੇਡਰ ਅਤੇ ਸਟੋਪਰ ਨੂੰ LEDs ਨਾਲ ਸਨਮਾਨ ਵੀ ਕੀਤਾ ਗਿਆ। ਅਤੇ ਬੜਾ ਪਿੰਡ ਦੀ ਟੀਮ ਵਿੱਚ ਮੇਜਰ ਧਾਲੀਵਾਲ ਬੇਟ, ਕਾਂਤਾ, ਅਰਸ ਕਕਰਾਲੀ, ਗੱਗੂ ਬੜਾ ਪਿੰਡ, ਸਰਬਜੀਤ ਟਿੱਡਾ, ਕਾਕਾ ਘਣੀਵਾਲ ਅਤੇ ਗੋਲੂ ਘਨੌਰ ਖੇਡੇ। ਅਤੇ ਦੂਜੇ ਪਾਸੇ NRI ਮੰਡੀ ਦੀ ਟੀਮ ਵਿੱਚ ਸੁੱਖਾ ਮਾਲਾ, ਮੋਥਾ ਭਾਸੋਂ, ਗੁਰਦੀਪ ਮਾਧੋਪੁਰ, ਲਾਡੀ ਮੰਡੀ, ਬੋਵੀ ਸੰਘੇੜਾ, DC ਅਰਸ ਮੰਡੀ ਅਤੇ ਗੁਰਮਨ ਖੇਡੇ।
ਅਤੇ ਅਗਲੇ ਕਬੱਡੀ ਕੱਪ ਕੰਮਿਆਣਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਡੱਗੋ ਰੁਮਾਣਾ ਅਤੇ ਸ਼ਬਦ ਗੁਰੂ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਡੱਗੋ ਰੁਮਾਣਾ, ਜਿਸ ਨੇ 30 ਅੰਕ ਹਾਸਲ ਕੀਤੇ ਅਤੇ 1,00,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ ਸ਼ਬਦ ਗੁਰੂ, ਜਿਸ ਨੂੰ 75,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪਿੰਦੂ ਦਤਾਲ ਅਤੇ ਬੈਸਟ ਸਟੋਪਰ ਬਣਿਆ ਸ਼ਰਨਾ ਡੱਗੋ ਰੁਮਾਣਾ। ਬੈਸਟ ਰੇਡਰ ਅਤੇ ਸਟੋਪਰ ਨੂੰ 21,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਵੀ ਕੀਤਾ ਗਿਆ। ਅਤੇ ਡੱਗੋ ਰੁਮਾਣਾ ਦੀ ਟੀਮ ਵਿੱਚ ਸੰਦੀਪ ਲੁੱਦਰ, ਦਲਵੀਰ ਮਨਾਣਾ, ਪਿੰਦੂ ਦਤਾਲ, ਕਾਲਾ ਟੰਡੋਲੀ, ਸਤਨਾਮ ਡੱਗੋ ਰੁਮਾਣਾ, ਵਿੱਕੀ ਕਪਿਆਲ, ਖੁਸ਼ੀ ਦੁੱਗਾ, ਸ਼ਰਨਾ ਡੱਗੋ ਰੁਮਾਣਾ, ਸੋਨਾ ਬਾਂਦਰ ਡੋਡ, ਸੱਤੀ ਦੜਬਾ, ਧਿਆਨਾ ਦੜਬਾ, ਸਤਨਾਮ ਖੇੜੀ ਚਹਿਲਾਂ ਖੇਡੇ। ਅਤੇ ਦੂਜੇ ਪਾਸੇ ਸ਼ਬਦ ਗੁਰੂ ਦੀ ਟੀਮ ਵਿੱਚ ਅਰਸ ਚੋਲਾ ਸਾਹਿਬ, ਨੈਲਾ ਜੋਗੇਵਾਲ, ਕਾਲਾ ਦੋਦਾ, ਨਿੰਮਾ ਕੋਟ ਸੁਖੀਆ, ਗੋਪੀ ਤੇਜਾ ਸਿੰਘ ਬਾਲਾ, ਨਿੰਦੀ ਹਮੀਦੀ, ਮੰਨਾ ਲਾਲਪੁਰ, ਪੀਤਾ ਦਿਓਨ, ਸੇਵਕ ਹਰੀਕੇ, ਰੂਸੀ ਰਾਣੀ ਬਾਲਾ, ਗੇਜਾ ਦੇਸੂ ਜੋਧਾ, ਬਾਲੀ ਫਕਰ ਝੰਡਾ ਅਤੇ ਇੰਦਰਜੀਤ ਚੋਲਾ ਸਾਹਿਬ ਖੇਡੇ। ਅਤੇ ਅਗਲੇ ਕਬੱਡੀ ਕੱਪ ਘੜੂਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਅਤੇ ਸੰਤ ਈਸਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ, ਅਤੇ ਜਿਨ੍ਹਾਂ ਵਿੱਚੋਂ ਫਸਟ ਰਹੀ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ, ਜਿਸ ਨੇ 37.5 ਅੰਕ ਹਾਸਲ ਕੀਤੇ ਅਤੇ 1,50,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਸੰਤ ਬਾਬਾ ਈਸਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ, ਜਿਸ ਨੇ 24 ਅੰਕ ਹਾਸਲ ਕੀਤੇ ਅਤੇ 1,00,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਕਾਕਾ ਨਗਲਾ, ਜਿਸ ਨੇ 12 ਰੇਡਾਂ ਪਾ ਕੇ 11 ਅੰਕ ਹਾਸਲ ਕੀਤੇ ਪਰ ਟੀਮ ਦੀ ਸਹਿਮਤੀ ਦੇ ਨਾਲ ਦੀਪ ਨਾਲ ਜੁਆਇੰਟ ਕੱਢ ਦਿੱਤਾ ਗਿਆ। ਅਤੇ ਬੈਸਟ ਸਟੋਪਰ ਬਣਿਆ ਜੱਟ ਗੜੀ ਤਰਖਾਣਾ, ਜਿਸ ਨੇ 7 ਟੱਚ ਲੈ ਕੇ 5 ਜੱਫੇ ਲਾਏ। ਬੈਸਟ ਰੇਡਰ ਅਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ। ਅਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਲੱਖਾ ਚੀਮਾ, ਗੁਰਪ੍ਰੀਤ ਜੰਗੀਆਣਾ, ਜੋਤ ਰਾਮਗੜ੍ਹ ਸਰਦਾਰਾਂ, ਰਾਜਾ ਪੰਦੇਰੀ, ਜੱਟ ਗੜੀ ਤਰਖਾਣਾ, ਨਿਰਮਲ ਲੋਪੋਂਕੇ, ਗੁਰਲਾਲ ਸੋਲ, ਕਾਕਾ ਨਗਲਾ, ਸੁੱਖਾ ਜੌੜੇ ਸੰਘੇ ਅਤੇ ਦੀਪ ਸ਼ਿਕਾਰ ਮਨਸੀਆਂ ਖੇਡੇ। ਅਤੇ ਦੂਜੇ ਪਾਸੇ ਸੰਤ ਈਸਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਦੀ ਟੀਮ ਵਿੱਚ ਬਣੀ ਸਮਾਣਾ, ਗੁਰਦੀਪ ਜੀਰਕਪੁਰ, ਗੁਰਮੀਤ ਮੰਡੀਆਂ, ਗੋਰਖਾ ਧਨਾਸ, ਕੁਲਵੰਤ ਕਕਰਾਲੀ, ਸਤਵੀਰ ਝੰਡਾ, ਤੋਤਾ ਬੀਬੀਪੁਰ, ਮੇਜਰ ਮਿਰਗ, ਪੋਪਾ ਮੌਲੀ, ਸਤਨਾਮ ਖੁੱਡਾਲੀ ਸ਼ੇਰ, ਅਵਤਾਰ ਜੀਰਕਪੁਰ ਅਤੇ ਲਾਡੀ ਸੈਂਪਲੀ ਸਾਹਿਬ ਖੇਡੇ। ਅਤੇ ਦੋਸਤੋ, ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ। ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਅਤੇ ਜੇਕਰ ਕੋਈ ਸਵਾਲ ਜਾਂ ਸੁਝਾਵ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ। ਤਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ। ਧੰਨਵਾਦ।